ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਹਾਲ ਬਾਜ਼ਾਰ ਸਥਿਤ ਮਸਜਿਦ ਖੈਰੂਦੀਨ ਵਿਖੇ ਮੁਸਲਿਮ ਭਾਈਚਾਰੇ ਨੂੰ ਮਿਲਦਿਆਂ ਈਦ ਉਲ ਜੁਹਾ ਦੀ ਵਧਾਈ ਦਿੱਤੀ। ਇਸ ਮੌਕੇ ਤੇ ਸੁਨੀਲ ਗੌਂਟੀ, ਪਰਮਜੀਤ ਚੋਪੜਾ ਅਤੇ ਕਈ ਲੋਕ ਮੌਜੂਦ ਸਨ। ਸ੍ਰੀ ਸੋਨੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਅੱਜ ਬੜਾ ਹੀ ਪਵਿੱਤਰ ਦਿਨ, ਈਦ ਦਾ ਇਹ ਪਵਿੱਤਰ ਦਿਨ ਹੈ। ਸੋ ਮੈਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਮੁਸਲਮਾਨ ਭਾਈਚਾਰੇ ਨੂੰ, ਸਾਰੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ। ਸੋ ਹਮੇਸ਼ਾ ਜਦੋਂ ਇਹ ਫੰਕਸ਼ਨ ਹੁੰਦਾ ਮੈਂ ਇੱਥੇ ਆਪ ਆਣ ਕੇ ਹਾਜ਼ਰ ਹੁੰਦਾ। ਸੋ ਸਾਰਿਆਂ ਨੂੰ ਮਿਲਣਾ, ਮਿਲ ਕੇ ਖੁਸ਼ੀ ਵੀ ਹੁੰਦੀ ਆ। ਅਸੀਂ ਪਰਮਾਤਮਾ ਅੱਗੇ ਇਹੋ ਅਰਦਾਸ ਕਰਨੀ ਹੈ ਕਿ ਇਸ ਤਰ੍ਹਾਂ ਸਾਡਾ ਸਾਰਿਆਂ ਦਾ ਆਪਸੀ ਭਾਈਚਾਰਾ ਪ੍ਰੇਮ ਬਣਿਆ ਰਹੇ। ਅਸੀਂ ਰਲ ਮਿਲ ਕੇ ਜਿੰਨੇ ਵੀ ਸਾਡੇ ਪਵਿੱਤਰ ਤਿਉਹਾਰ ਆ ਉਹ ਅਸੀਂ ਇਸ ਤਰ੍ਹਾਂ ਹੀ ਆਪਸੀ ਭਾਈਚਾਰੇ ਪ੍ਰੇਮ ਨਾਲ ਰਲ ਮਿਲ ਕੇ ਖੁਸ਼ੀਆਂ ਨਾਲ ਮਨਾਉਂਦੇ ਰਹੀਏ। ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਸਾਰਿਆਂ ਨੇ ਅੱਜ ਇਹ ਪਵਿੱਤਰ ਤਿਉਹਾਰ ਮਨਾਇਆ। ਸੋ ਮੈਂ ਮੋਦੀ ਸਾਹਿਬ, ਸਾਡੇ ਜਿਹੜੇ ਇੱਥੇ ਮੇਨ ਹੈੱਡ ਨੇ, ਸਾਰਾ ਹੀ ਇਹ ਸਾਡੀ ਬੜਾ ਪਵਿੱਤਰ ਸਥਾਨ ਆ। ਸੋ ਹਮੇਸ਼ਾ ਇੱਥੋਂ ਆਣ ਕੇ ਆਸ਼ੀਰਵਾਦ ਲਈਦਾ। ਸੋ ਅੱਜ ਵੀ ਮੈਂ ਆਸ਼ੀਰਵਾਦ ਲੈਣ ਆਇਆ ਅਤੇ ਸਾਰੇ ਆਪਣੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਸ਼ੁਭ ਦਿਨ 'ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ। ਸੀ ਐੱਮ ਸਾਹਿਬ ਦਾ ਮੈਂ ਧੰਨਵਾਦ ਵੀ ਕਰਨਾ, ਉਹਨਾਂ ਨੇ ਅੱਜ ਦੇ ਦਿਨ 'ਤੇ ਪੰਜਾਬ 'ਚ ਛੁੱਟੀ ਵੀ ਲਾਂਚ ਕੀਤੀ ਸੀ।